ਕਿ ਬਜ਼ਾਰ ਐਸੋਸੀਏਸ਼ਨ ਸਚਿਨ ਚੋਪੜਾ ਜੀ ਔਰ ਜਿਹੜੇ ਬਾਕੀ ਬਜ਼ਾਰ ਐਸੋਸੀਏਸ਼ਨਾਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਮਿਲ ਕੇ ਹੋਲੀ ਦਾ ਤਿਉਹਾਰ ਬਜ਼ਾਰ 'ਚ ਬਣਾਇਆ। ਅਸੀਂ ਵੀ ਉਹਦੇ ਸ਼ਾਮਿਲ ਹੋਏ। ਬਜ਼ਾਰ ਐਸੋਸੀਏਸ਼ਨ ਦਾ ਬੜਾ ਬੜਾ ਧੰਨਵਾਦ। ਹੋਲੀ ਦਾ ਰੰਗ ਪਿਆਰ ਦਾ ਰੰਗ ਹੈ, ਹੋਲੀ ਦਾ ਰੰਗ ਮੁਹੱਬਤ ਦਾ ਰੰਗ ਹੈ। ਸਾਰੇ ਭੇਦਭਾਵ ਭੁੱਲ ਕੇ ਹੋਲੀ ਦੇ ਰੰਗ ਦੇ ਮਿਲਾਉਣ ਦੇ ਬਾਅਦ ਸਾਰਿਆਂ ਨੂੰ ਆਪਸ 'ਚ ਪਿਆਰ ਮੁਹੱਬਤ ਹੋ ਜਾਂਦੀ ਹੈ। ਪਿਆਰ ਦਾ ਸਭ ਤੋਂ ਜਿਹੜਾ ਪੱਕਾ ਰੰਗ ਹੈ ਹੋਲੀ ਦਾ ਰੰਗ ਹੈ। ਇਸ ਮੌਕੇ 'ਤੇ ਪੂਰੇ ਦੇਸ਼ ਵਾਸੀਆਂ ਨੂੰ, ਪੂਰੇ ਆਰਸਪੁਰਾ ਵਾਸੀਆਂ ਨੂੰ ਹੋਲੀ ਦੀ ਬੜੀ ਬੜੀ ਵਧਾਈ, ਬੜੀ ਬੜੀ ਮੁਬਾਰਕ। ਜੈਸਾ ਕਿ ਆਪ ਦੇਖ ਰਹੇ ਹੈ, ਅੱਜ ਹਮ ਬਾਜ਼ਾਰ ਆਰਸਪੁਰਾ ਮੇ ਹੋਲੀ ਮਨਾ ਰਹੇ ਹੈ ਔਰ ਇਹ ਹੋਲੀ ਬੜੀ ਧੂਮਧਾਮ ਸੇ ਮਨਾ ਰਹੇ ਹੈ। ਪੂਰੇ ਬਾਜ਼ਾਰ ਐਸੋਸੀਏਸ਼ਨ, ਖਾਸ ਕਰ ਸਚਿਨ ਚੋਪੜਾ ਜੀ ਔਰ ਬਾਜ਼ਾਰ ਕੀ ਪੂਰੀ ਟੀਮ ਅੱਜ ਹੋਲੀ ਮਨਾ ਰਹੀ ਹੈ ਔਰ ਇਹ ਪਰਬ ਇੱਕ ਪਿਆਰ ਕਾ ਪਰਬ ਹੈ ਔਰ ਇਹ ਇੱਕ ਰੰਗੋ ਕਾ ਤਿਉਹਾਰ ਹੈ ਜਿਸਮੇ ਇਨਸਾਨ ਜਾਤੀ ਪਾਤੀ ਸਭ ਭੁੱਲ ਕੇ ਏਕ ਹੀ ਰੰਗ ਮੇ ਸਭ ਮਿਲ ਜਾਤੇ ਹੈ ਔਰ ਇਹ ਸੰਦੇਸ਼ ਜਾਤਾ ਹੈ ਕਿ ਇਹ ਬਹੁਤ ਪਿਆਰਾ ਤਿਉਹਾਰ ਹੈ, ਹਮ ਸਭ ਮਿਲ ਕੇ ਮਨਾ ਰਹੇ ਹੈ ਔਰ ਹਮ ਮੈਂ ਕਾਮਨਾ ਕਰਤਾ ਹੂੰ ਕਿ ਹਮ ਅਗਲੀ ਹੋਲੀ ਇਸੇ ਵੀ ਧੂਮਧਾਮ ਕੇ ਮਨਾ। ਮੈਂ ਸਭੀ ਆਰਸਪੁਰਾ ਵਾਸੀਓ ਔਰ ਜੰਮੂ ਵਾਸੀਓ ਕੋ ਔਰ ਪੂਰੇ ਦੇਸ਼ ਵਾਸੀਓ ਕੋ ਹੋਲੀ ਕੀ ਸ਼ੁਭਕਾਮਨਾ ਦੇਤਾ ਹੂੰ। ਜੈ ਹਿੰਦ, ਜੈ ਭਾਰਤ। इसीलिए तो हम कहते हैं कि एक मकान घर तब बनता है जब वो KS फर्नीचर से सजता है। रिश्तों की मिठास का एहसास KS फर्नीचर के साथ।